मौसम बड़ा वधिया, मैं तो ग्रीन टी पीने जी करदा, कहने बहु ने बना ले। रानी बता, ओ रानी। हाँ बापू की करना? ओ पुत्त कुंड क्यों कर दी आप, तू मेरी धीया वर गई, अज कल कौन कुंड करता, तू तो उ पुरानी गल चक्की फिर दी। बापू मेरे घर दिया ने कहा सी भी सोरे घरे जाके कुंडे कट के रखी। तू बोल कुंड कड़नो, तू मेरी धीया यह जी गल नहीं करते होंगे, तो पहला कटते थे लोग, हूँ कि कटदा कुंड। चल चंगा बापू नहीं कट, तू ए कर पुत मेरे वास्ते ना ग्रीन टी बना के लिया। ग्रीन टी? हाँ जा लिया, वधिया जी बनाई बिना मिठे वाली। चंगा बापू लियानी। हाँ चाह पत्ती सेम ही रख लैनी आ बिना मिठे तो, आही बना के कह दूंगी कि ग्रीन टी है। दस भला मेनू की पता ग्रीन टी की हुंदा की है। खंड आता क्या ही नहीं सी, चाह पत्ती पानी भी घट्टी पौनी है। ले बन गई ग्रीन टी। बिना मिठे तो कम भाई, तू तो अनपढ़ गल कर लग गई जमी है, देख तू जमाना देख कह जा रहा, तू तो पुराने जमाने की गल कर लग रही। बापू हुण दस अही समझ के पी ला तू। ਉਹ ਨਾ ਭਾਈ ਉਹ ਗ੍ਰੀਨ ਟੀ ਪਈ ਹੈਗੀ ਉੱਥੇ ਰਸੋਈ 'ਚ, ਤੈਨੂੰ ਦਿਖੀ ਨਹੀਂ ਹੈਗੀ? ਲੈ ਬਾਪੂ ਨਹੀਂ ਦਿਖੀ, ਤੂੰ ਹੀ ਬਣਾ ਲਾ, ਚੱਲ ਮੈਨੂੰ ਤਾਂ ਆਹੀ ਦਿਖੀ ਬਿਨਾਂ ਚਾਹ ਪੱਤੀ ਤੋਂ ਆ। ਉਹ ਹੈ ਦੇਖ ਬੋਲੀ ਲੈ, ਕਮਾਲ ਆ ਯਾਰ ਇਹਦਾ, ਕਿੱਥੋਂ ਤੂੰ ਕਿਹੜੇ ਜ਼ਮਾਨੇ 'ਚ ਰਹਿ ਗਈ ਭਾਈ, ਇੱਥੇ ਤਾਂ ਹਰੇਕ ਨੂੰ ਤੂੰ ਪੜ੍ਹੀ ਲਿਖੀ ਫਿਰਦੀ ਆ, ਤੂੰ ਕਿਹੜੇ ਜ਼ਮਾਨੇ 'ਚ ਫਿਰਦੀ ਹੈਗੀ? ਬਾਪੂ ਆਹੀ ਜ਼ਮਾਨੇ 'ਚ ਫਿਰਦੀ, ਚੱਲ ਇਹਨੂੰ ਪੀ ਲੈ, ਬਾਅਦ 'ਚ ਬਣਾ ਲਾਂਗੀ, ਇਹਨਾਂ ਦੇ ਕੰਮ ਕਰਨ ਵਾਲੇ ਪੇਰੇ। ਮਾਫੀ ਬਣਾ ਲੂੰਗਾ। ਆਹੋ ਹਾਏ ਓ ਰੱਬਾ, ਇਹਦੇ ਨਾਲ ਕੌਣ ਮੱਥਾ ਮਾਰਿਆ ਕਰੂਗਾ, ਉਹ ਤਾਂ ਲਹੂ ਪੀ ਰਿਹਾ। ਚੱਲ ਮੈਨੂੰ ਬਣਾ ਕੇ ਲਿਆਉਣ ਦੇ। ਲੈ ਆ ਪਈ ਆ ਗ੍ਰੀਨ ਟੀ, ਕਹਿੰਦੀ ਗ੍ਰੀਨ ਟੀ ਨਹੀਂ ਹੈਗੀ। ਆਓ ਰਿਆ ਰਾਣੀ, ਉੱਤੋਂ ਰਿਆ। ਹਾਂ ਬਾਪੂ। ਉਹ ਭਾਈ ਆ ਲਿਆ ਭਾਈ ਗ੍ਰੀਨ ਟੀ, ਤੈਨੂੰ ਦੀਦੀ ਨਹੀਂ ਹੈਗੀ। ਬਾਪੂ ਇਹ ਤਾਂ ਚੂਰਨ ਦੀਆਂ ਪੌੜੀਆਂ ਨੇ। ਉਹ ਚੂਰ ਦੀਆਂ ਪੁੜੀਆਂ ਕਿੱਥੇ ਨੇ ਭਾਈ, ਗ੍ਰੀਨ ਟੀ ਆ ਇਹ। ਹਾਏ ਜੇ ਗ੍ਰੀਨ ਟੀ ਫਿਰ ਮੈਂ ਕੱਲ ਆਈ ਖਾ ਗਈ, ਦੱਸ ਮੈਨੂੰ ਜਵਾਨ ਰੱਖ। ਤੈਨੂੰ ਕੌਣ ਸਮਝਾਵੇ ਭਾਈ ਕਿੱਥੇ ਫਿਰਦੀਆਂ, ਤੂੰ ਕਿਹੜੇ ਜਵਾਨੇ 'ਚ ਫਿਰਦੀਆਂ। ਚੱਲ ਬਾਪੂ ਤੂੰ ਹੀ ਬਣਾ ਲੈ, ਮੈਨੂੰ ਤਾਂ ਸਮਝ ਨਹੀਂ ਹੈਗੀ ਇਹਦੀ। ਉਹ ਚੱਲ ਕੋਈ ਨਹੀਂ ਬਣਾ ਲੂੰਗਾ, ਤੂੰ ਮਾੜਾ ਮਾੜਾ ਸਮਝ ਤਾਂ ਲਿਆ ਕਰੇ, ਗ੍ਰੀਨ ਟੀ ਆ ਇਹ ਕਹਿਆ ਸੀ ਮੈਂ ਤੈਨੂੰ ਬਣਾਉਣ ਨੂੰ। ਚੱਲ ਚੰਗਾ ਬਾਪੂ ਤੂੰ ਆਪ ਹੀ ਬਣਾ ਲੈ, ਮੈਨੂੰ ਕੀ ਪਤਾ ਗ੍ਰੀਨ ਟੀ ਨੂੰ ਹੋ ਫਲਾਣਾ। ਉਹ ਜਾ ਭਾਈ, ਤੇਰਾ ਵੀ ਸਿਰ ਹੀ ਪਿਆ ਗਾ। ਕਿਵੇਂ ਬਾਪੂ, ਉਦਾਸ ਜਿਹਾ ਬੈਠਾ ਗਾ? ਓਏ ਉਦਾਸ ਤੈਨੂੰ ਕੀ ਦੱਸਾਂ ਪੁੱਤ। ਕਿਉਂ ਯਾਰ, ਰਾਣੀ ਦਾ ਆਪਣਾ ਤਾਂ ਪਾ ਰੱਖਿਆ ਯਾਰ, ਸੋਹ ਲੱਗੇ। ਕਿਉਂ ਕੀ ਹੋ ਗਿਆ?
ਉਹ ਹੋਇਆ ਕੀ ਯਾਰ, ਮੈਂ ਮੰਗਾਈ ਸੀਗੀ ਗ੍ਰੀਨ ਟੀ, ਅੱਛਾ ਚਾਹ ਲਿਆ ਕੇ ਫੜਾਤੀ। ਫਿਰ ਉਹਨੂੰ ਦੱਸਿਆ ਜਾ ਕੇ ਰਸੋਈ 'ਚ, ਮਹਾਂ ਤੂੰ ਆਹ ਦੇਖ ਵੀ ਆਹ ਪਈ ਆ ਗ੍ਰੀਨ ਟੀ। ਕਹਿੰਦੀ ਮੈਨੂੰ ਤਾਂ ਗ੍ਰੀਨ ਟੀ ਦੀ ਪਤਾ ਵੀ ਕਿੱਥੇ ਹੈਗੀ। ਮਹਾਂ ਦੇ ਆਹ ਪਈ। ਕਹਿੰਦੀ ਤਾਂ ਚੂਰ ਨਾ, ਕਹਿੰਦੀ ਕੱਲ੍ਹ ਦੋ ਪੁੜੀਆਂ ਮੈਂ ਖਾ ਗਈ ਲੈ। ਓ ਯਾਰ ਇਹੋ ਜਿਹਾ ਦਿਮਾਗ ਹੋ ਰਿਹਾ ਇਹਦਾ। ਓਏ ਹੋਰ ਆ, ਪਤਾ ਨਹੀਂ ਕਿਹੜੀ ਤੇਰੀ ਪਸੰਦ ਕਰੀ ਹੋਈ ਆ ਬਾਪੂ ਵੀਰੇ। ਉਹ ਪਸੰਦ ਤਾਂ ਕਰੀ ਸੀਗੀ, ਮੈਂ ਹਾਲੇ ਸੋਹਣੀ ਸੁਨੱਖੀ ਆ ਵਧੀਆ, ਮੈਂ ਇਹਦਾ ਜਮੀ ਨਹੀਂ ਪਤਾ ਇਹਨੂੰ। ਮੈਂ ਤਾਂ ਤੈਨੂੰ ਉਦੋਂ ਆਖਿਆ ਸੀਗਾ ਰਹਿਣ ਦੇ, ਤੂੰ ਕਹਿੰਦਾ ਸੋਹਣੀ ਹੈ, ਕਹਿੰਦਾ ਦੇਖ ਲੈਂਦੇ ਹਾਂ ਚੱਲ। ਓਏ ਸੋਹਣੀ ਤਾਂ ਮੈਂ ਹਾਲੇ ਵਧੀਆ ਪੜ੍ਹੀ ਲਿਖੀ, ਉਹਨੂੰ ਪਤਾ ਹੋਊਗਾ, ਤਾਂ ਜਮੀ ਨਹੀਂ ਪਤਾ ਯਾਰ ਇਹਨੂੰ ਤਾਂ। ਤੇਰੀ ਕਾਲੀ ਨੇ ਮਾਰਦੇ ਬਾਪੂ ਆਪਾਂ ਤਾਂ। ਉਹ ਕਾਲੀ ਨੇ ਤਾਂ ਮਾਰਤੇ, ਮਹਾ ਚੱਲ ਵਧੀਆ ਹੈਗੀ, ਸੋਹਣੀ ਸੁਨੱਖੀ ਕੁੜੀ ਹੈਗੀ, ਕਾਹਦੇ ਨਹੀਂ ਪਤਾ, ਸਿੱਧੀਆਂ ਰੋਟੀ ਨਹੀਂ ਲਾਉਂਦੀ ਹੈਗੀ, ਰੋਟੀਆਂ ਮਚਾ ਆਉਂਦੀ ਹੈਗੀ। ਪਰ ਹੁਣ ਕਰ ਵੀ ਕੀ ਸਕਦੇ ਹਾਂ, ਨਾ ਇਹਨੂੰ ਕੱਪੜਾ ਲੈਣਾ ਪਾਉਣਾ ਆਉਂਦਾ ਚੱਜ ਨਾਲ, ਇਹ ਤਾਂ ਹੁਣ ਜੇ ਇਹਦੇ ਨਾਲ ਮੱਥਾ ਮਾਰਾਂਗੇ ਆਪਦੀ ਦਿਮਾਗ ਖਰਾਬ ਹੋਊਗਾ। ਓਏ ਹੋਰ ਸਾਰੇ ਗੁਆਂਢੀ ਆਖਦੇ ਨੇ ਵੀ ਕਹੀ ਜੀ ਨੂੰਹ ਲਿਆਂਦੀ ਲੈ, ਵੀ ਪੜ੍ਹੀ ਲਿਖੀ ਤਾਂ ਲੈ ਆਉਂਦੇ। ਫਿਰ ਹੁਣ ਬਾਪੂ ਕਰ ਵੀ ਕੀ ਸਕਦੇ, ਹੁਣ ਤਾਂ ਜਹੀ ਹੈਗੇ ਇਸੇ ਨਾਲ ਹੀ ਕੱਟਣਾ ਪਊਗਾ ਆਪਾਂ ਨੂੰ। ਓ ਯਾਰ ਭਾਈ ਮੇਰਾ ਤਾਂ ਬਾਲਾ ਲਹੂ ਬਿੰਦੀ, ਤੂੰ ਤਾਂ ਬਾਹਰੇ ਵਾਜੇ ਨਾ ਖੇਤ ਖੂਤ ਵਾਜੇ ਨਾ, ਮੈਂ ਤਾਂ ਹੱਸੀ ਨਹੀਂ, ਮੈਂ ਤਾਂ ਬਹੁਤ ਮੱਥਾ ਮਾਰਨਾ ਪਊਗਾ। ਹੁਣ ਤਾਂ ਆਪਾਂ ਨੂੰ ਇਹਦੇ ਹਿਸਾਬ ਨਾਲ ਚੱਲਣਾ ਪਊਗਾ, ਉਸ ਹਿਸਾਬ ਨਾਲ ਤਾਂ ਚੱਲਣਾ ਪਊਗਾ। ਉਹ ਇਹਦੇ ਘਰਦੇ ਤਾਂ ਕਹਿੰਦੇ ਪੰਜ ਪੜੀ ਹੋਈ ਆ, ਮੈਨੂੰ ਤਾਂ ਲੱਗਦਾ ਇਹ ਸਕੂਲ 'ਚੋਂ ਹੀ ਗੇੜ ਤੱਕ ਮੁੜੀ ਹੁੰਦੀ ਸੀ। ਗੱਲ ਤਾਂ ਤੇਰੀ ਸਹੀ ਹੈ, ਮੈਨੂੰ ਤਾਂ ਲੱਗਦੇ ਨੇ, ਇਹ ਤਾਂ ਮੈਨੂੰ ਲੱਗਦਾ ਦੋ ਚਾਰ ਵੀ ਨਹੀਂ ਪੜੀ ਹੋਈ। ਉਹ ਇਹਦਾ 12 ਵੀ ਪੜੀ ਹੋਈ ਮੇਰੇ ਸਕੂਲ ਦਾ, ਜਿਹੜਾ ਪੜੀ ਹੋਈ ਆਪੀ ਦੇ ਲੱਗ ਪੂਰੀ ਪੁਰਾਣੀ ਆਦਤਾਂ ਚੱਕੀ ਫਿਰਦੀ ਹੈ। ਓਏ ਹੋਰ ਆ, ਹਸੀ ਨੂੰ ਮੇਰਾ ਤਾਂ ਬਾਲਾ ਲਹੂ ਪੀਂਦੀ ਯਾਰ। ਨਹੀਂ ਹੁਣ ਚੱਲ ਕਮਾਂਡੀਆਂ ਦੀਆਂ ਬਹੂ ਨੇ ਮਾੜਾ ਮੋਟਾ ਉਹਨਾਂ ਨੂੰ ਦੇਖ ਕੇ ਆਪਦਾ ਦਿਮਾਗ ਤਾਂ ਸੈੱਟ ਕਰ ਸਕਦੀ ਵੀ ਉਹ ਕਿਵੇਂ ਰਹਿੰਦੀਆਂ ਨੇ, ਕਿਵੇਂ ਬੋਲ ਚੱਲਦੀਆਂ ਨੇ, ਇਹ ਤਾਂ ਉਹੀ ਪੁਰਾਣੇ ਜ਼ਮਾਨਾ ਚੱਕੀ ਫਿਰਦੀ ਹੈ। ਉਹ ਮੇਰੇ ਸਾਂ ਜੀ ਉਲਝੀ ਰਹਿੰਦੀ ਉੱਧਰ, ਮੈਂ ਪਸ਼ੂਆਂ ਵਾਂਗੂ ਹੋਈ ਜੀ, ਬਸ ਨਾ ਇਹਨੂੰ ਸੰਨੀ ਦਾ ਪਤਾ ਹਿਸਾਬ ਨਾਲ, ਹੋਰ ਹੀ ਕੁਛ ਕਰੀ ਜਾਂਦੀ, ਨਾ ਸੰਨੀ ਕਰਨੀ ਚੱਜ ਨਾਲ। ਹੁਣ ਕੀ ਹੱਲ ਕਰੀਏ, ਕੋਈ ਦਿਮਾਗ ਤਾਂ ਲਾਉਣਾ ਪਊ ਬਾਪੂ, ਹਜੇ ਤਾਂ ਸਾਰੀ ਉਮਰ ਪਈ ਹੈ, ਕਿਵੇਂ ਕੱਟੂ ਮੈਂ ਸਾਰੀ ਉਮਰ ਫਿਰ। ਬਾਲਾ ਔਖਾ ਯਾਰ ਅਸੀਂ ਨੇ, ਕੋਈ ਦੇਖ ਲੈ, ਤੂੰ ਤਾਂ ਸਿਆਣਾ ਹੈਗਾ। ਉਹ ਚੱਲ ਤੂੰ ਐਂ ਦੱਸ, ਤੂੰ ਖੇਤ ਮਾਰਿਆ ਗੇੜਾ ਉਹ ਰੇਰੂ ਪਾਤਾ ਪਰਲੇ ਕਿੱਲੇ 'ਚ? ਰੇ ਤਾਂ ਹਾਂ ਪਾਤਾ ਬਾਪੂ। ਅੱਛਾ, ਲੂਸਣ ਜਿਹੇ 'ਚ ਡਿੱਗਣਾ ਰਹਿੰਦਾ ਬਸ। ਉਹ ਪਾ ਦੀ ਫਿਰ, ਚੱਲ ਇਹਦਾ ਤਾਂ ਜਿਹੜਾ ਹੋਊਗਾ ਦੇਖੀ ਜਾਊਗਾ, ਇਹ ਤਾਂ ਇਹਦੇ ਹਿਸਾਬ ਨਾਲ ਚੱਲਣਾ ਪਊਗਾ। ਚੱਲ ਤੂੰ ਮੱਝਾਂ ਦਾ ਦੇਖ ਜਾ ਕੇ ਉੱਧਰ। ਹਾਂ ਦੇਖਣਾ ਬਾਪੂ। ਹੋਰ ਕਰਦਿਆਂ ਕੋਈ ਮਨਾ, ਮੇਰਾ ਤਾਂ ਸਰ ਜੂਗਾ ਅੱਜ, ਵਾਹੀ ਦਾ ਕਿਵੇਂ ਟਾਈਮ ਪਾਸ ਹੋਊ, ਇਹਦਾ ਤਾਂ ਨਹੀਂ ਹਿਸਾਬ 'ਚ ਆਉਣਾ ਕੰਮ ਕੋਈ, ਇਹ ਤਾਂ ਲਹੂ ਪੀ ਲਿਆ ਕਰੂ ਇਹ। ਚਲ ਦੇਖਦੇ ਹਾਂ ਕੀ ਬਣਦਾ। ਉਹ ਰਾਣੀ ਪੁੱਤ। ਹਾਂ ਬਾਪੂ। ਉਹ ਰਿਹਾ ਪੁੱਤ। ਹਾਂ ਬਾਪੂ ਦੱਸ। ਉਹ ਮੈਂ ਨਾ ਕੋਠੇ ਤੇ ਮੜਾ ਧੁੱਪ ਸੇਕਦਾ। ਅੱਛਾ, ਤੂੰ ਐਂ ਕਰੀ ਦੋਜੀ ਆਊਗਾ, ਉਹਦਾ ਹਿਸਾਬ ਕਰਨਾ ਮਹੀਨੇ ਦਾ। ਠੀਕ ਹੈ, ਆ ਲੈ 2000 ਰੁਪਇਆ, ਉਹਨੂੰ 200 ਰੁਪਇਆ ਮੁੜਾ ਲਿਓ ਤੋਂ। ਠੀਕ ਹੈ ਬਾਪੂ, ਮੈਂ ਆਪੇ ਕਰ ਦਾਂਗੀ। ਮਾੜਾ ਜਿਹਾ ਗੱਲ ਧਿਆਨ ਨਾਲ ਗੌਰ ਨਾਲ ਕਰ ਲਈ, ਪਿੰਡ ਦਾ ਬੰਦਾ ਅਗਲਾ ਕਿਤੇ ਗਾਹਾਂ ਜਾ ਕੇ ਦੱਸ ਦੇ ਵੀ ਤਾਂ ਐਂ ਬੋਲ ਦਿਓ ਨਾ ਇਹਨੂੰ। ਨਾ ਬਾਪੂ ਤੂੰ ਫਿਕਰ ਨਾ ਕਰ, ਮੈਂ ਆਪੇ ਕਰ ਦੂੰਗੀ ਹਿਸਾਬ ਤਾਂ। ਹਾਂ ਮਾੜਾ ਜਿਹਾ ਗੌਰ ਨਾਲ ਗੱਲ ਕਰੀ, ਚੰਗਾ ਮੈਂ ਜਾਣਾ ਕੋਠੇ 'ਤੇ ਜਾਣਾ ਮੈਂ। ਠੀਕ ਹੈ ਠੀਕ ਹੈ ਚੰਗਾ। ਇਹ ਦੂਜੀ ਤਾਂ ਆਪਣੇ ਨਾਲ ਕਲੋਲ ਕਰ ਰਿਹਾ, 2000 ਰੁਪਏ, 1500 ਤਾਂ ਬਣਦੇ ਨਹੀਂ, 500 ਰੁਪਏ ਵੱਧ ਲੈ ਰਿਹਾ। ਆਈਂ ਕਰਦੀ ਹਾਂ, 500 ਰੁਪਏ ਆਪਣੀ ਜੇਬ 'ਚ ਰੱਖਦੀ ਹਾਂ, ਆ ਲੈਂਦੇ ਇਹਦਾ ਕਰਦੀਆਂ ਹਿਸਾਬ। ਉਹ ਦੁੱਧ ਪਵਾ ਲਓ ਭਾਈ, ਹੈਗਾ ਵੀ ਆ ਕੋਈ, ਦਿਖਦੀ ਨਹੀਂ ਕੋਈ। ਆਉਂਦੀ ਆਉਂਦੀ ਆ। ਦੁੱਧ ਤਾਂ ਪੂਰਾ ਹੈ? ਹਾਂ ਪੂਰਾ ਹੈ, ਪੂਰਾ ਦੁੱਧ ਤਾਂ, ਦੁੱਧ ਆਪਾਂ ਕੱਟ ਕੇ ਦਿੱਤਾ, ਤੁਹਾਨੂੰ ਘੱਟ ਦੇ ਸਕਦੇ ਹਾਂ। ਮੈਨੂੰ ਤਾਂ ਅੱਜ ਘੱਟ ਜਿਹਾ ਲੱਗਦਾ। ਨਹੀਂ 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 ਜੀ, ਤੁਹਾਨੂੰ ਹੀ ਘੱਟ ਲੱਗਦਾ ਤੁਹਾਨੂੰ। ਆ ਦੇਖਿਓ ਮਾੜਾ ਜਿਹਾ, ਆ ਤਾਂ ਇੱਥੇ ਤੱਕ ਆਉਂਦਾ ਸੀ, ਅੱਜ ਇੰਨਾ ਕੁ ਆ ਰਿਹਾ ਇਹ। ਨਹੀਂ ਨਹੀਂ ਨਹੀਂ, ਤੁਸੀਂ ਦੁੱਧ ਕਦੇ ਪਵਾਈ ਨਹੀਂ ਹੋਣਾ ਕਦੇ। ਨਾ ਨਾ, ਦੁੱਧ ਕਿਉਂ ਨਹੀਂ ਪਵਾਇਆ ਹੈਗਾ, ਮੈਂ ਰੋਜ਼ ਹੀ ਪਾ ਕੇ ਜਾਂਦਾ। ਚੱਲ ਚੰਗਾ ਜੇ ਤੂੰ ਕਹਿ ਰਿਹਾ, ਨਾਲੇ ਬਾਪੂ ਕਹਿ ਰਹੇ ਸੀ ਹਿਸਾਬ ਕਰਨਾ ਤੁਹਾਡਾ। ਕੋਈ ਨਹੀਂ ਜੀ, ਹਿਸਾਬ ਤਾਂ ਕਰ ਦਿਓ, ਕੋਈ ਗੱਲ ਨਹੀਂ, ਅਸੀਂ ਕਿਹੜਾ ਭਜਦੇ ਹਾਂ ਕਿਸੇ ਪਾਸੇ। ਚਲੋ ਮੈਂ ਲੈ ਕੇ ਆਉਂਦੀ ਹਾਂ ਪੈਸੇ। ਹਾਂ ਹਾਂ, ਇੱਥੇ ਹੀ ਰਹਿਓ। ਠੀਕ ਹੈ ਜੀ। ਪਹਿਲਾਂ ਮੈਨੂੰ ਐਂ ਦੱਸ, ਹਾਂਜੀ ਕਿੰਨੇ ਪੈਸੇ ਬਣਦੇ ਨੇ? ਪੈਸੇ ਤਾਂ ਤੁਸੀਂ ਹੁਣ 60 ਰੁਪਏ ਦੇ ਹਿਸਾਬ ਨੂੰ 30 ਕਿਲੋ ਦਾ ਲਾ ਲਓ ਜੀ, ਤੁਸੀਂ ਆਪ ਹੀ ਲਾ ਲਓ ਹਿਸਾਬ। ਮੈਂ ਤਾਂ ਲਾ ਹੀ ਲਿਆ। ਚੱਲ ਆ ਚੱਕ 1500। ਇਹ 1500 ਕਿਵੇਂ ਬਣਿਆ? 1500 ਕਿਵੇਂ ਬਣਿਆ? ਹਾਂ 60 ਦੇ ਹਿਸਾਬ ਨੂੰ ਤੁਸੀਂ 30 ਦਿਨਾਂ ਦਾ 30 ਕਿਲੋ ਦਾ ਲਾ ਲਓ। ਤੇ 1500 ਕਿੱਥੇ, 1400 ਬਣੇ, 100 ਮੈਨੂੰ ਹੋਰ ਮੋੜ। ਮੇਰੀ ਕਿਹਦੇ ਨਾਲ ਵਾਹ ਪੈ ਗਿਆ, ਸਵੇਰੇ ਪਹਿਲੇ
दुध देने आया थी पहली यह गल हो गई मैं कह भी कोई काम करना सवेरे सवेरे तुमने दिमाग क्यों खराब करे मेरा मैं हिसाब लाया सी ते 1400 बनते ने लगी समझ सगो सू 100 रुपया मोड़ मेनू 60 रुपए दे हिसाब नु 30 किलो दूध दे 1800 रुपया बनदा तुम्हें 300 रुपया तुसी मेनू होड़ देओ ला के देख ला साहब तू ता ठगी जांदा है मेनू तेरे बापू नाल मैं ई बार हिसाब करदा तुसी पहली बार क्यों ओही पैसे कट दे रहे हो असि पल्ले कित्थों पा दिए ਪੱਲੇ ਕਿੱਥੋਂ ਪਾ ਦੀਏ ਮੈਨੂੰ ਤਾਂ ਤੇਰੀ ਸ਼ਕਲ ਹੀ ਨਹੀਂ ਪਸੰਦ ਹੈਗੀ ਮੈਂ ਤਾਂ ਬਾਪੂ ਕਰਕੇ ਦੁੱਧ ਲਈ ਜਾਂਦੀ ਹਾਂ ਤੂੰ ਤਾਂ ਉਹਨਾਂ ਨੂੰ ਵੀ ਠੱਗੀ ਜਾਂਦਾ ਨਹੀਂ ਨਹੀਂ ਸ਼ਕਲ ਪਸੰਦ ਭਾਈ ਆਪਦਾ ਹੋਰ ਬਣ ਲਿਓ ਕਿਤੇ ਹੋਰ ਬਣ ਲਿਓ ਲੈ ਦੱਸ ਲੈ ਫੜ ਆਪਦੇ ਪੈਸੇ ਮੇਰਾ 1800 ਰੁਪਇਆ ਬਣਦਾ ਮੈਨੂੰ 1800 ਰੁਪਇਆ ਦਿਓ ਬੰਦਿਆਂ ਵਾਂਗੂ 100 ਰੁਪਇਆ ਮੋੜ ਦੇ ਤੇ ਤਿੱਤਰ ਹੋ ਜਾ ਇੱਥੋਂ ਨਹੀਂ ਨਹੀਂ ਤਿੱਤਰ ਨਹੀਂ ਤਿੱਤਰ ਤਾਂ ਮੈਂ ਪੈਸੇ ਲੈ ਕੇ ਜਾਊਂਗਾ ਮੈਨੂੰ ਨਹੀਂ ਪਤਾ ਹੈਗਾ ਇਹੀ ਬਣਦਾ ਹਿਸਾਬ ਤੂੰ ਤਾਂ ਠੱਗੀ ਜਾਂਦਾ ਆ ਮੈਨੂੰ ਪੂਰੇ 1800 ਰੁਪਇਆ ਦਿਓ 1800 ਲੈ ਕੇ ਜਾਊਂ ਮੈਂ 1500 1400 ਬਣਦੇ 1500 ਦੇ ਰਹੀ ਹੈ 100 ਰੁਪਏ ਤੂੰ ਮੋੜ ਕੋਈ ਨਾ ਮੈਂ ਬਾਪੂ ਨੂੰ ਬੁਲਾਉਣੀ ਆ ਲੈ ਬੁਲਾ ਬੁਲਾ ਬੁਲਾਉਣ ਨੂੰ ਕੀ ਹੈ ਬਾਪੂ ਜੀ ਆ ਦੇਖਿਓ ਗੱਲ ਕੀ ਰੋਲਾ ਹੈ ਪੈਣ ਲੱਗ ਰਿਹਾ ਮੈਂ ਲੈ ਰਾਣੀ ਨੂੰ ਹੁਣ ਫਿਰ ਸ਼ਰਤਾ ਪਾਤਾ ਕੀ ਆ ਰਿਹਾ ਮੈਨੂੰ ਲੱਗਦਾ ਕੋਈ ਆ ਗਿਆ ਭਾਈ ਕਮਟਾ ਆ ਗਿਆ ਕਰ ਜਾ ਗਿਆ ਬਾਪੂ ਜੀ ਮੈਂ ਤਾਂ ਹਿਸਾਬ ਕਰ ਰਹੀ ਆ ਇਹ ਤਾਂ 300 ਰੁਪਏ ਹੋਰ ਮੰਗੀ ਜਾਂਦਾ ਆ ਉਹ ਲਾਣੇਦਾਰਾ 60 ਰੁਪਈਆਂ ਦੇ ਹਿਸਾਬ ਨੂੰ 30 ਕਿਲੋ ਦੁੱਧ ਦੇ ਪੈਸੇ ਲਾ ਤੂੰ ਕਿੰਨੇ ਹੋਗੇ 1800 ਬਣਦਾ ਭਾਈ ਫਿਰ 1800 ਕਿਹਾ ਰੁਪਈਆ ਤਾਂ ਮੈਨੂੰ ਇਹ 1500 ਦੇ ਰਹੀ ਹੈ ਮੈਨੂੰ 100 ਰੁਪਈਆ ਹੋਰ ਮਟਾਉਣ ਨੂੰ ਕਹਿ ਰਹੀ ਹੈ ਮੈਂ ਆਪਦੇ ਪੰਨੂ ਪਾ ਕੇ ਕਿੱਥੇ ਦੇਵਾਂ ਮੈਂ ਤੈਨੂੰ ਕਿਹਾ ਦੀ ਭਾਈ ਤੈਨੂੰ 2000 ਚੋਂ 200 ਰੁਪਈਆ ਕਿਹਾ ਦੀ ਮੋੜ ਦੀ ਮੜਵਾ ਲਈ ਬਾਪੂ ਆਈ ਕਿਵੇਂ ਮਰਾ ਲਈ ਇਹ ਤਾਂ 100 ਰੁਪਏ ਦੇ ਨਹੀਂ ਰਿਹਾ ਵਾਪਸ ਮੈਨੂੰ ਉਹ ਲਾਣੇਦਾਰਾ ਦੇਖ ਤੂੰ ਆਪਾਂ ਇੰਨੇ ਸਾਲ ਹੋ ਗਏ ਕਿਤੇ ਆਪਣੇ ਫਰਕ ਆਇਆ ਕਿਸੇ ਚੀਜ਼ ਦਾ ਉਹ ਚੱਲ ਕੋਈ ਨਾ ਕੋਈ ਥੋੜਾ ਜਿਹਾ ਯਾਰ ਇਹ ਮੈਂ ਤਾਂ ਤੁਹਾਡੇ ਨਾਲ ਦੇਖ ਪਹਿਲੇ ਦਿਨ ਘਰ ਵਾਲਾ ਕੰਮ ਹੈ ਹੋਰ ਫੜਾ ਪੈਸੇ ਮੈਨੂੰ ਦਿਮਾਗ ਖਰਾਬ ਕਰਤਾ ਦੀ ਨਾ ਤੁਸੀਂ ਤਾਂ ਸਾਰਾ ਦਿਨ ਪਤਾ ਨੀ ਇਹਦੇ ਨਾਲ ਕਿਵੇਂ ਕੱਢਦੇ ਹੋ ਕਿਵੇਂ ਨਹੀਂ ਕੱਢਦੇ ਤੁਹਾਡਾ ਤਾਂ ਕੰਮ ਹੈ ਮੈਂ ਉਹੀ ਗੱਲ ਕਹਿਣਾ ਯਾਰ ਦੇਖ ਲੈ 5 ਮਿੰਟ ਤੈਨੂੰ ਦੇਖ ਲੈ ਕਿੰਨਾ ਦਿਮਾਗ ਖਰਾਬ ਕਰਤਾ ਉਹਦਾ ਸਾਨੂੰ ਦੇਖ ਕੇ ਅਸੀਂ ਕਿਵੇਂ ਕੱਢਦੇ ਹਾਂ ਭਲਾ ਨਾ ਨਾ ਇਹਦਾ ਮੇਰੇ ਮੁੰਡੇ ਦਾ ਦਿਮਾਗ ਖਰਾਬ ਕਰ ਰੱਖਿਆ ਨੇ ਹੋਰ ਆ ਲੋ ਪੈਸੇ ਲੈ ਆ ਲੈ ਲਿਆ ਭਾਈ ਚੱਲ ਠੀਕ ਹੈ ਗਾਹਾਂ ਨਾਲ ਗੱਲ ਕਰ ਲਈ ਚੰਗਾ ਯਾਰ ਗੱਲ ਕੀ ਕਰਨੀ ਹੈ ਰਣਦਾਰਾ ਮੈਂ ਤਾਂ ਮੈਨੂੰ ਪੈਸੇ ਮੇਰੇ ਪੂਰੇ ਮਿਲ ਗਏ ਚੰਗਾ ਚੰਗਾ ਤੂੰ ਜਾ ਠੀਕ ਹੈ ਅੱਗੇ ਤੋਂ ਮੜਾ ਜਾ ਧਿਆਨ ਰੱਖਿਆ ਕਰੋ ਠੀਕ ਹੈ ਕਰਾਤੀ ਨਾ ਮੇਰੇ ਬੇਗਾਨੇ ਦੇ ਸਾਹਮਣੇ ਬੇਇੱਜ਼ਤੀ ਉਹ ਭਾਈ ਤੂੰ ਸਮਝ ਲਿਆ ਕਰ ਮਾੜੀ ਮੋਟੀ ਗੱਲ ਹੈ ਜੇ ਤੈਨੂੰ ਪਤਾ ਨਹੀਂ ਤੂੰ ਪਸਤਾ ਲਿਆ ਕਰ ਕਿਸੇ ਤੋਂ ਉਹ ਉਹਦੇ ਨਾਲ ਜਰਾਹੀ ਕਰੀ ਘੰਟਾ ਆਹੋ ਜਰਾਹੀ ਕਰੀ ਗਈ ਦੇ ਦਿੰਦੇ ਹੋਰ ਦੇ ਦਿੰਦੇ ਪੈਸੇ ਕਰ ਦਿਓ ਉਹਦੇ ਮਹਿਲ ਖੜੇ ਆਪਦੀ ਇੱਟਾਂ ਵੀ ਦੇ ਦਿਓ ਚੱਕ ਕੇ ਉਹ ਬੋਲੀਏ ਇੰਨੇ ਪੈਸੇ ਬਣਦੇ ਨੇਗੇ 1800 ਹੀ ਬਣਦਾ ਤੈਨੂੰ ਪਤਾ ਨਹੀਂ 60 ਰੁਪਏ ਹਿਸਾਬ ਨਾਲ ਮਹੀਨੇ ਦੇ ਕਿੰਨੇ ਬਣਦੇ ਨੇਗੇ ਇੰਨੇ ਨਹੀਂ ਬਣਦੇ ਤੁਸੀਂ ਵੱਧ ਦੇ ਹੀ ਜਾਂਦੇ ਹੋ ਉਹਨੂੰ ਵੱਧ ਕਿਉਂ ਦਿੱਤੇ ਨੇ ਪੂਰੇ ਦਿੱਤੇ ਨੇਗੇ ਪਹਿਲਾਂ ਆਏ ਮਹੀਨੇ ਹੀ ਦਿੰਦੇ ਹੈਗੇ 1400 ਬਣਦਾ ਉਹਦਾ ਸਮਾਦੀ ਪਤਾ ਨਹੀਂ ਕੀ ਸੋਚੂਗਾ ਵੀ ਇਹਨੇ ਨੂੰ ਕਹੀ ਹੈ ਤੂੰ ਤਾਂ ਹੱਸੀ ਨਹੀਂ ਭਾਈ ਤਾਂ ਬਾਲਾ ਹੋ ਕਰ ਰੱਖਿਆਗਾ ਪਿੰਡ 'ਚ ਵੀ ਲੋਕ ਚਹੇਡਾਂ ਕਰਦੇ ਨੇਗੇ ਤੁਸੀਂ ਵੱਧ ਦੇ ਹੀ ਜਾਂਦੇ ਹੋ ਪੈਸੇ ਬਸ ਉਹ ਵੱਧ ਕਿਉਂ ਦਿੰਦੇ ਆਏ ਤੈਨੂੰ ਮੈਂ ਦਿਖਾਉਣਾ ਆ ਦੇਖ ਤਾਂ ਕਿੰਨੇ ਬਣਦੇ ਤੂੰ ਐਂ ਜੋੜਿਆ ਤਾ ਮੈਂ ਤੈਨੂੰ ਮੋਬਾਈਲ 'ਤੇ ਦਿਖਾਉਣਾ ਆ ਦੇ 30 ਕਿਲੋ 30 ਗੁਣਾ 60 ਅਤੇ ਆਹ ਦੇਖ ਲਾ 1800 ਬਣਦੇ ਨਾ ਉਹ ਸਮਝ ਲਿਆ ਕਰ ਭਾਈ ਤੂੰ ਬਾਲਾ ਨਾ ਹੋ ਕਰਿਆ ਕਰ ਹੱਸੀ ਤੂੰ ਤਾਂ ਨਾ ਬਸ ਕੁਛ ਕਹਿ ਨਹੀਂ ਸਕਦੇ ਤੈਨੂੰ ਬਾਪੂ ਜੀ ਹੋ ਜਾਂਦੀਆਂ ਗਲਤੀਆਂ ਗਲਤੀਆਂ ਤਾਂ ਹੋ ਜਾਂਦੀਆਂ ਨੇ ਭਾਈ ਅਗਲਾ ਪਿੰਡ ਦੇ ਵਿੱਚ ਝੇਡਾਂ ਕਰਦੇ ਨੇ ਲੋਕ ਉਹ ਬਾਂਟੀ ਨੂੰ ਵੀ ਹਰੇਕ ਉਹ ਕਰਦਾ ਵੀ ਕਹੀ ਬਹੂ ਲਿਆਂਦੀ ਤੈਨੂੰ ਹੱਸੀ ਨਹੀਂ ਬਹੁਤ ਔਖਾ ਬਹੁਤ ਹੈ ਸਾਨੂੰ ਤੂੰ ਐਂ ਕਰਿਆ ਕਰ ਮਾੜਾ ਜਿਹਾ ਧਿਆਨ ਨਾਲ ਗੱਲ ਕਰਿਆ ਕਰ ਹਰੇਕ ਬੰਦੇ ਨੇ ਬਾਹਰਲੇ ਬੰਦੇ ਜਿਹੜਾ ਬਾਹਰੋਂ ਹੁੰਦਾ ਨਾ ਬੜਾ ਹਿਸਾਬ ਨਾਲ ਜੇ ਨਹੀਂ ਪਤਾ ਤੂੰ ਪੁੱਛ ਲਿਆ ਕਰ ਫਿਰ ਕਿੱਡੀ ਗੱਲ ਮੈਂ ਤਾਂ ਐਂ ਵੀ ਚੱਲ ਤੂੰ ਗੱਲ ਕਰ ਲਈ ਮੈਂ ਥੱਕਿਆ ਪਿਆ ਸੀ ਮੈਂ ਕੋਠੇ 'ਤੇ ਬਹਿ ਗਿਆ ਮੈਂ ਚੱਲ ਆਪੀ ਸਾਰ ਲੈਂਗੀ
चलो मैं चाह बना के लिया थोड़े वास्ते गल्ला मारी जाना मैं जिन्ना मर्जी काम करो आ कर लो करो तू तो ही लगना वो लगना कानू भाई समझा करो हो की हो गया भाई ऐ कद पईया के तू टेढ़ी हुई बापू जी मेरा तो सर दुख ही आंदा मैं लगदा तैनू बुखार हो गया हाय तेरे मुंह तो पता लगदा गा हाय रब्बा मैं डॉक्टर कोल जाया नहीं है हां जाया डॉक्टर कोल हाय बुखार दिखा एक मिनट तू ना जाई तू कोई और जब्बा छेड़ देगी मैं बंटी नु भेज दन तेरे नाल तू ओ तैनू ले जाऊगा चंगा बापू जी भेज दो तू कते होर इथे डॉक्टर नाल दे दूजी वाला काम कर दे तू ओ बंटी ओए ओ बंटी उरे आ ओ यार रानी नु लेके जा डॉक्टर नु बुखार हो रहा है बुखार हो रहा है नु हो रहा है कहंदी मैं कल्ली है नहीं मैं कल्ली कानू इथे कोई और जब छेड़ू है नु बोलन दा नहीं पता हैगा ले जाना कोई ना फिर चल लेके जा मैं खेत जांदा ओ हो रहा चल आ जा आ यार रानू बैठ जा सामने जाकना चलो मैं कर दा डॉक्टर साहब गल उंगी ना बोली जाई कितने डॉक्टर साहब करो चेक माड़ा जा बुखार की हो गया अख च की पै गया मेरे ओ खड़ जा गया इधर उंगली आके लड्डू जे लाई जंदा लड्डू वाला चेकअप लड्डू नहीं हैगा इहे नाले मशीन है इहे बड्डी एदा जी टेस्ट करवाउने पैणगे फेर आपा तो भाई चलावांगे टेस्ट कादे टेस्ट तू कादा डॉक्टर है जे तेनु टेस्ट कराए ते पता लगूगा ओ मैं तरजामी नहीं हैगा मैं डॉक्टर हांगा फेर ही पता लगूगा मैनु टेस्ट दा फिर करूगी ओ ना कई दवाई थोड़ी दऊगा ओ की बोली जांदी हैगी मैं नहीं कराउंदी टेस्ट तू टेस्टा दे बिना किवें पता लगू मैनु की पता बे तू कादा डॉक्टर है मैनु आए दस चुप कर जा डॉक्टर किन्ना पढ़िया तू डॉक्टर नु चेक करके दऊगा मैं किन्ना पढ़िया MBBF जो कि तू है पता की होंदा है मैट्रिक्स बार बार फेल जो कि तू है कंप्यूटर जितना दिमाग है जूझ मी तैनू मकरी की गल है ये बोलना नहीं हैगा इला बहुत बोल दिया है मैं नहीं करूंगी इलाज लूज डॉक्टर साहब गलती हो गई साडे तो सत श्री अकाल जी थोनू ये वीडियो किद्दा दी लगी लाइक कमेंट शेयर करके जरूर दस्या करो तो अपने चैनल में सबसक्राइब जरूर कर लो जिन्होंने नहीं किया जो नवे आए हैं तो बद तो बद शेयर करो वीडियो में लाइक कमेंट जरूर करना तो बाकी साडा बंटी दसूगा बस इस चैनल सबसक्राइब जरूर कर लिया करो ताकि हर वीडियो की अपडेट जल्दी पहुँचा करे वीडियो में शेयर बद तो बद कर दो।